ਜਿੱਥੇ ਸਾਨੂੰ ਇਨਸਾਫ ਮਿਲਦਾ ਹੋਵੇ ਅੱਜ ਉਸ ਕੁੜੀ ਦਾ ਰੇਪ ਹੋਇਆ, ਜਦੋਂ ਕਿ ਉਹਨਾਂ ਨੂੰ ਖੜਾ ਕੇ ਉਸੇ ਟਾਈਮ ਗੋਲੀ ਮਾਰ ਦੇਣੀ ਚਾਹੀਦੀ ਸੀ। ਔਰ ਪਤਾ ਵੀ ਹੈ ਕਿ ਆਹ ਬੰਦਿਆਂ ਨੇ ਕੀਤਾ, ਕਿੰਨਾ ਬਰੂਟਲ ਰੇਪ ਹੋਇਆ। ਹਰ ਬੰਦੇ ਦੇ ਅੱਜ ਦਿਲ ਦੇ ਵਿੱਚ ਅੱਗ ਲੱਗੀ ਪਈ ਹੈ ਕਿ ਸਾਨੂੰ ਛੱਡ ਦਿਓ, ਅਸੀਂ ਪਾੜ ਦਾਂਗੇ। ਜਦੋਂ ਤੁਹਾਨੂੰ ਇਨਸਾਫ ਨਹੀਂ ਮਿਲੂਗਾ ਫਿਰ ਤੁਸੀਂ ਜਾਂਦੇ ਹੋ ਇਹਨਾਂ ਚੀਜ਼ਾਂ ਦੇ ਵੱਲ। ਸਾਡੇ ਕਈ ਨੌਜਵਾਨ ਇਸ ਚੀਜ਼ ਦੀ ਭੇਟ ਚੜ੍ਹੇ ਨੇ। ਮੈਂ ਇੱਕ ਵਾਰ ਇੱਕ ਵਕੀਲ ਨੂੰ ਮਿਲਿਆ, ਕਹਿੰਦੇ ਮੈਂ ਇਹੋ ਜਿਹੇ ਹਜ਼ਾਰਾਂ ਲੋਕ ਨੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਕਦੇ ਕੋਈ ਜੁਰਮ ਨਹੀਂ ਕੀਤਾ, ਕੋਈ ਗੁਨਾਹ ਨਹੀਂ ਕੀਤਾ, ਬਟ ਉਹਨਾਂ ਨੂੰ ਸਜ਼ਾ ਹੋਈ ਹੋਈ ਹੈ, ਉਹ ਭੁਗਤ ਰਹੇ ਨੇ, ਲੋਕਾਂ ਦੇ ਫਸਾਏ ਹੋਏ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਪੱਤਰਕਾਰ ਮਨਪ੍ਰੀਤ ਔਲਖ। ਦੇਵ ਭਾਈ, ਤੁਸੀਂ ਬਹੁਤ ਸਾਰੇ ਕਿਰਦਾਰ ਨਿਭਾਏ ਫਿਲਮਾਂ 'ਚ, ਕੁਝ ਰੀਅਲ ਕਿਰਦਾਰ ਸੀ ਉਹਨਾਂ ਦੇ ਉੱਤੇ ਵੀ ਕੰਮ ਕੀਤਾ, ਕੁਝ ਫਿਕਸ਼ਨ ਵੀ ਰਹੇ। ਮੈਂ ਤੁਹਾਡੇ ਦੋ ਕਿਰਦਾਰਾਂ ਨੂੰ ਜੋੜੂੰਗਾ, ਇੱਕ ਗਾਂਧੀ ਅਤੇ ਇੱਕ ਕਿਸ਼ਨਾ ਮੋੜ। ਦੋਵਾਂ ਨੇ ਸਮੇਂ ਸਮੇਂ 'ਤੇ ਹਥਿਆਰ ਚੱਕੇ ਹੈ, ਤੁਸੀਂ ਉਸ ਚੀਜ਼ ਨੂੰ ਨੋਟ ਕੀਤਾ ਵੀ ਦੋਵਾਂ ਦੇ ਹੱਥਾਂ ਦੇ ਵਿੱਚ ਹਥਿਆਰ ਕਿਉਂ ਆਏ ਅਤੇ ਇਹਨਾਂ ਦਾ ਸਿੱਟਾ ਕੀ ਨਿਕਲਿਆ? ਤੁਸੀਂ ਇਸ ਨਤੀਜੇ 'ਤੇ ਪਹੁੰਚੇ ਅਤੇ ਦੋਵਾਂ ਦੇ ਵਿੱਚ ਵਾਲੇ ਜੋ ਇੱਕ ਸਿਮਿਲਰ ਗੱਲ ਹੈ ਉਹ ਤੁਸੀਂ ਫੀਲ ਕੀਤੀ ਵੀ ਉਹ ਵੀ ਹਥਿਆਰ ਚੱਕਦੇ ਆ, ਕਿ ਸੁਸਾਇਟੀ ਆਲੇ ਦੁਆਲੇ ਉੱਦਾਂ ਦੀ ਸੀ ਅਤੇ ਗਾਂਧੀ ਵੀ, ਉਹ ਚੀਜ਼ਾਂ ਤੁਸੀਂ ਕਿਵੇਂ ਅਬਜ਼ਰਵ ਕੀਤੀਆਂ? ਭਾਅ ਜੀ, ਮੈਨੂੰ ਇਹ ਲੱਗਦਾ ਕਿ ਜਦੋਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਸਾਡੇ ਕਾਨੂੰਨ ਨੇ ਨਹੀਂ ਕਦੇ ਇਨਸਾਫ ਕੀਤਾ ਤਾਂ ਲੋਕ ਕਈ ਵਾਰ ਹਥਿਆਰ ਚੱਕਣ ਲਈ ਮਜਬੂਰ ਹੋ ਜਾਂਦੇ ਆ। ਜਿੱਥੇ ਸਾਨੂੰ ਇਨਸਾਫ ਮਿਲਦਾ ਹੋਵੇ, ਅੱਜ ਉਸ ਕੁੜੀ ਦਾ ਰੇਪ ਹੋਇਆ, ਜਦੋਂ ਕਿ ਉਹਨਾਂ ਨੂੰ ਖੜਾ ਕੇ ਉਸੇ ਟਾਈਮ ਗੋਲੀ ਮਾਰ ਦੇਣੀ ਚਾਹੀਦੀ ਸੀ। ਔਰ ਪਤਾ ਵੀ ਹੈ ਕਿ ਆਹ ਬੰਦਿਆਂ ਨੇ ਕੀਤਾ, ਕਿੰਨਾ ਬਰੂਟਲ ਰੇਪ ਹੋਇਆ। ਹਰ ਬੰਦੇ ਦੇ ਅੱਜ ਦਿਲ ਦੇ ਵਿੱਚ ਅੱਗ ਲੱਗੀ ਪਈ ਹੈ ਕਿ ਸਾਨੂੰ ਛੱਡ ਦਿਓ, ਅਸੀਂ ਪਾੜ ਦਾਂਗੇ। ਸਾਡੇ ਹਰ ਇੱਕ ਦੇ ਵਿੱਚ ਜਦੋਂ ਤੁਹਾਨੂੰ ਇਨਸਾਫ ਨਹੀਂ ਮਿਲੂਗਾ ਫਿਰ ਤੁਸੀਂ ਜਾਂਦੇ ਹੋ ਇਹਨਾਂ ਚੀਜ਼ਾਂ ਦੇ ਵੱਲ। ਤੁਸੀਂ ਜੇ ਕਿਸ਼ਨਾ ਮੋੜ ਦੀ ਗੱਲ ਵੀ ਕਰਦੇ ਹੋ ਤਾਂ ਕਿਸ਼ਨਾ ਮੋੜ ਵੀ ਸਿਸਟਮ ਦਾ ਸਤਾਇਆ ਹੋਇਆ, ਜ਼ਬਰਦਸਤੀ ਫਸਾਇਆ ਹੋਇਆ, ਚੱਕ ਕੇ ਟੋਰਚਰ ਹੁੰਦਾ ਹੈ, ਉਹਨਾਂ ਲੋਕਾਂ 'ਤੇ ਜੁਰਮ ਹੁੰਦਾ ਹੈ, ਤਾਂ ਚੀਜ਼ਾਂ ਹੁੰਦੀਆਂ। ਸਾਡੇ ਕਈ ਨੌਜਵਾਨ ਇਸ ਚੀਜ਼ ਦੀ ਭੇਟ ਚੜ੍ਹੇ ਨੇ। ਮੈਂ ਇੱਕ ਵਾਰ ਇੱਕ ਵਕੀਲ ਨੂੰ ਮਿਲਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਆਓ ਅਤੇ ਮੈਂ ਤੁਹਾਨੂੰ ਕਹਾਣੀਆਂ ਦਿੰਦਾ। ਮੈਂ ਕਿਹਾ ਕੀ ਕਹਾਣੀਆਂ ਦਿਓਗੇ ਤੁਸੀਂ ਮੈਨੂੰ? ਕਹਿੰਦੇ ਮੈਂ ਇਹੋ ਜਿਹੇ ਹਜ਼ਾਰਾਂ ਲੋਕ ਨੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਕਦੇ ਕੋਈ ਜੁਰਮ ਨਹੀਂ ਕੀਤਾ, ਕੋਈ ਗੁਨਾਹ ਨਹੀਂ ਕੀਤਾ, ਬਟ ਉਹਨਾਂ ਨੂੰ ਸਜ਼ਾ ਹੋਈ ਹੋਈ ਹੈ, ਉਹ ਭੁਗਤ ਰਹੇ ਨੇ, ਲੋਕਾਂ ਦੇ ਫਸਾਏ ਹੋਏ ਨੇ। ਫਿਰ ਇਹੋ ਜਿਹੇ ਲੋਕ ਬਾਈ ਜੀ ਕੀ ਕਰਨ, ਬੰਦਾ ਅੱਕ ਜਾਂਦਾ ਕਈ ਵਾਰ, ਉਹਨੂੰ ਮਜਬੂਰ ਉਹਨੂੰ ਕੋਈ ਰਾਹ ਨਹੀਂ ਲੱਭਦਾ, ਉਹਨੂੰ ਲੱਗਦਾ ਕਿ ਯਾਰ ਜੋ ਮੇਰੇ ਨਾਲ ਹੋ ਰਿਹਾ, ਜੋ ਮੇਰੇ ਨਾਲ ਬੀਤ ਰਹੀ ਹੈ, ਇਹਦੇ ਨਾਲ ਤਾਂ ਫਿਰ ਮੈਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਵਾਂ। ਸੋ ਇਹ ਅੱਜ ਨਹੀਂ ਹੋ ਰਿਹਾ, ਇਹ ਸਮੇਂ ਸਮੇਂ ਤੋਂ ਹੁੰਦਾ ਆ ਰਿਹਾ। ਸਾਡੇ ਬਾਗੀ, ਸਰਦਾਰ, ਸੂਰਮੇ, ਜੇ ਅਸੀਂ ਉਹਨਾਂ ਦੀ ਗੱਲ ਵੀ ਕਰੀਏ, ਉਹ ਜਦੋਂ ਰਾਜੇ ਮਹਾਰਾਜੇ ਉਸ ਟਾਈਮ ਦੇ ਤੱਕਾ ਕਰਦੇ ਸੀਗੇ, ਜ਼ੁਲਮ ਕਰਦੇ ਸੀਗੇ, ਤਾਂ ਹਰੀ ਸਿੰਘ ਨਲੂਏ ਵਰਗੇ ਜਿੰਨੇ ਵੀ ਸੀਗੇ ਫਿਰ ਲੜਦੇ ਸੀ, ਖੜਦੇ ਸੀ ਬਾਈ ਜੀ। ਫਿਰ ਇਹ ਤਾਂ ਹੁਣ ਸ਼ੁਰੂ ਤੋਂ ਬਣੀ ਆਈ ਹੈ ਤਾਂ ਰੀਤ, ਇਹ ਅੱਜ ਦੀ ਤਾਂ ਹੈ ਨਹੀਂ। ਸਤਿ ਸ਼੍ਰੀ ਅਕਾਲ ਸਰ, ਮੇਰਾ ਸਵਾਲ ਸੀ ਕਿ ਗਾਂਧੀ 3 ਦੇ ਟ੍ਰੇਲਰ 'ਚ ਅਸੀਂ ਦੇਖਦੇ ਹਾਂ ਨਾ ਕਿ ਉਹਨਾਂ ਦੀ ਮਾਂ ਉਹਨਾਂ ਨੂੰ ਬਹੁਤ ਸ਼ਰੀਫ ਮੰਨਦੀ ਹੈ, ਕਹਿੰਦੀ ਕੁਝ ਵੀ ਕੀਤਾ ਹੋਵੇ ਕੀਤਾ ਤਾਂ ਚੰਗੇ ਲਈ ਹੋਣਾ, ਤਾਂ ਦੇਵ ਦੇ ਮਾਤਾ ਜੀ ਕਿਵੇਂ ਮੰਨਦੇ ਆ ਉਹਨਾਂ ਨੂੰ? ਮੈਂ ਤਾਂ ਸ਼ਰੀਫ ਹੀ ਹਾਂ ਜੀ, ਮੇਰੀ ਮਾਤਾ ਨੂੰ ਤਾਂ ਮੈਂ ਬਦਮਾਸ਼ ਲੱਗਦਾ ਨਹੀਂ ਹੈਗਾ, ਨਾ ਆਪਾਂ ਕਰਦੇ ਹਾਂ ਪੁੱਤ, ਦੇਖੋ ਮਾਂ ਲਈ ਹਮੇਸ਼ਾ ਕਪੁੱਤ ਨਹੀਂ ਹੋ ਸਕਦਾ ਕਦੇ, ਮਾਂ ਲਈ ਉਹਦਾ ਪੁੱਤ ਪੁੱਤ ਹੀ ਹੁੰਦਾ ਆਲਵੇਜ਼, ਕਿਉਂਕਿ ਮਾਂ ਰੂਹ ਨਾਲ ਉਹਦੇ ਨਾਲ ਜੁੜੀ ਹੁੰਦੀ ਹੈ, ਮਾਂ ਨੇ 9 ਮਹੀਨੇ ਅੰਦਰ ਰੱਖਿਆ ਹੁੰਦਾ, ਪੈਦਾ ਕੀਤਾ ਹੁੰਦਾ। ਸੋ ਮਾਂ ਨੂੰ ਕਦੇ ਵੀ ਆਪਣਾ ਪੁੱਤ ਚਾਹੇ ਦੁਨੀਆ ਦੀ ਨਜ਼ਰ 'ਚ ਜਿੰਨਾ ਮਰਜ਼ੀ ਗਲਤ ਹੋਵੇ, ਮਾਂ ਦੀ ਨਜ਼ਰ 'ਚ ਆਲਵੇਜ਼ ਆਪਣਾ ਪੁੱਤ ਸਹੀ ਰਹਿੰਦਾ। ਸੋ ਉੱਦਾਂ ਦੀ ਕਿਰਦਾਰ ਗਾਂਧੀ ਵਾਲਾ ਜੀ, ਅਤੇ ਮੈਨੂੰ ਲੱਗਦਾ ਮਾਵਾਂ ਨੂੰ ਹਮੇਸ਼ਾ ਪੁੱਤ ਪਿਆਰੇ ਹੀ ਹੁੰਦੇ ਆ।